ਸੀਤਾ ਸਿੱਦੂ ਜੀ ਦੁਆਰਾ ਲਿਖੀ ਪੁਸਤਕ 223 ਸਾਲ ਭਾਗ 5 ਖੱਟੀ ਮਿੱਠੀ ਯਾਦ ਹੈ ਲਾਡੀ ਇਸ ਹਫਤੇ ਮੈਂ ਪਟਿਆਲਾ ਆਵਾਂ ਜਾਂ ਤੁਸੀਂ ਚੰਡੀਗੜ੍ਹ ਆਉਂਗੇ ਜਦ ਮੈਂ ਚੰਡੀਗੜ੍ਹ ਤੋਂ ਪਟਿਆਲੇ ਆ ਗਿਆ ਸਾਂ ਉਦੋਂ ਬਾਅਦ ਕਦੇ ਉਹ ਪਟਿਆਲੇ ਆਉਂਦੀ ਜਾਂ ਫਿਰ ਮੈਂ ਚੰਡੀਗੜ੍ਹ ਜਾਂਦਾ ਇਹਨਾਂ ਮਿਲਣੀਆਂ ਦਾ ਸਾਨੂੰ ਬੜਾ ਹੀ ਚਾ ਰਹਿੰਦਾ ਉਹਨੇ ਕਹਿਣਾ ਲਾਡੀ ਬੰਦੇ ਕਦੇ ਸੋਚਿਆ ਥੋੜੇ ਹੁੰਦੇ ਉਹਨੇ ਕਿਹੜੇ ਰਹਾਂ ਤੇ ਚੱਲਣਾ ਮੈਂ ਤੈਨੂੰ ਮਿਲਣ ਲਈ ਹੁਣ ਪਟਿਆਲੇ ਗੇੜਾ ਲਗਾਉਂਦੀ ਰਹਣੀ ਆ ਪਹਿਲਾਂ ਮੈਂ ਕਦੇ ਨਹੀਂ ਆਈ ਸੀ ਹੁਣ ਬੜਾ ਚੰਗਾ ਲੱਗਦਾ ਮੈਨੂੰ ਚੰਡੀਗੜ੍ਹ ਤੋਂ ਪਟਿਆਲੇ ਦਾ ਰਾਹ ਫਿਰ ਆਪਣੀ ਗੱਲ ਦਾ ਜਵਾਬ ਵੀ ਆਪੇ ਦੰਦੀ ਹੋਈ ਬੋਲਦੀ ਰਾਹ ਤਾਂ ਚੰਗਾ ਲੱਗਣਾ ਹੀ ਐ ਮੈਨੂੰ ਮੇਰੇ लाਡੀ ਕੋਲ ਜੋ ਲੈ ਆਉਂਦਾ ਇੱਕ ਵਾਰ ਅਸੀਂ ਸ਼ਾਮ ਨੂੰ ਯੂਨੀਵਰਸਿਟੀ ਲੋਗੋ ਦੇ ਕੋਲ ਬੈਠੇ ਸਾਂ ਸੈਰ ਕਰਦੇ ਵੀ ਸੀ ਸਰ ਆ ਗਏ ਵੀ ਸੀ ਸਰ ਦਾ ਸੁਭਾਅ ਹੈ ਉਹ ਤੁਰਦੇ ਫਿਰਦੇ ਵਿਦਿਆਰਥੀਆਂ ਨਾਲ ਗੱਲਾਂ ਬਾਤਾਂ ਕਰਨ ਲੱਗ ਪੈਂਦੇ ਹਨ ਸਾਡੇ ਨਾਲ ਗੱਲਬਾਤ ਕਰ ਸਰ ਉਹਦੇ ਸਿਰ ਤੇ ਪਿਆਰ ਦੇ ਕੇ ਚਲੇ ਗਏ ਤਾਂ ਮੈਂ ਉਹਦੇ ਚਿਹਰੇ ਤੇ ਇੱਕ ਸਕੂਨ ਜਿਹਾ ਤੈਰਦਾਂ ਦੇਖਿਆ ਅਸਲ ਚ ਜਿਸ ਕੁੜੀ ਦੇ ਸਿਰ ਤੇ ਪਿਓ ਦਾ ਹੱਥ ਨਾ ਹੋਵੇ ਉਹਨੂੰ ਹਰ ਬਜ਼ੁਰਗ ਦੇ ਹੱਥ ਚ ਪਿਓ ਵਾਲਾ ਪਿਆਰ ਨਜ਼ਰੀ ਪੈਂਦਾ ਹੈ ਇਦਾਂ ਹੀ ਇੱਕ ਵਾਰ ਉਹ ਆਈ ਹੋਈ ਸੀ ਤੇ ਅਸੀਂ ਯੂਨੀਵਰਸਿਟੀ ਵਾਲੇ ਮੁੱਖ ਦਰਵਾਜ਼ੇ ਤੋਂ ਬਾਹਰ ਮਾਰਕੀਟ ਨੂੰ ਜਾ ਰਹੇ ਸਾਂ ਅਚਾਨਕ ਉਹ ਐਦਾਂ ਪੜਕ ਪਈ ਜਿਵੇਂ ਉਹਨੂੰ ਕਸਰ ਹੋ ਗਈ ਹੋਵੇ ਬਸ ਇੱਕੀ ਗੱਲ ਵਾਰ-ਵਾਰ ਕਹੇ ਲਾਡੀ ਉਹ ਕੁੜੀ ਤੇਰੇ ਵੱਲ ਦੇਖਦੀ ਹੀ ਮੈਂ ਸੀ ਗੱਲ ਇਹ ਹੋਈ ਸੀ ਜਦੋਂ ਅਸੀਂ ਲੰਗੇ ਸਾਂ ਤਾਂ ਕੋਈ ਕੁੜੀ ਮੇਰੇ ਵੱਲ ਦੇਖ ਰਹੀ ਹੋਣੀ ਐ ਐਨੇ ਉਹਨੂੰ ਮੇਰੇ ਵੱਲ ਦੇਖਦੇ ਹਾਂ ਤੱਕ ਲਿਆ ਇਸੇ ਗੱਲ ਤੋਂ ਪੜਕ ਪਈ ਇਸ ਰੋਲੇ ਰੱਪੇ 'ਚ ਅਸੀਂ ਪਟਿਆਲਾ ਬਾਈਟਸ ਪਹੁੰਚੇ ਖਾਣ ਪੀਣ ਵਾਲਾ ਮਹਿਕਮਾ ਉਹਦੇ ਕੋਲ ਹੁੰਦਾ ਸੀ ਜੋ ਆਰਡਰ ਕਰਨਾ ਉਹ ਆਪੇ ਕਰਦੀ ਮੈਂ ਕਹਾ ਚਲ ਗੁੱਸਾ ਛੱਡੋ ਹੁਣ ਤੁਸੀਂ ਜੋ ਖਾਣਾ ਹੈ ਉਹ ਮੰਗਵਾਓ ਪਰ ਜਦ ਫੇਰ ਮੇਰੇ ਵੱਲ ਕੋੜਾ ਕੋੜਾ ਜਿਹਾ ਦੇਖੇ ਤੇ ਇਹੀ ਕਹਿ ਦਿਆ ਕਰੇ ਜਿਉ ਮੇਰੇ ਵੱਲ ਦੇਖ ਰਹੀ ਸੀ ਤਾਂ ਐਦੇ 'ਚ ਮੇਰੀ ਕੀ ਗਲਤੀ ਹੈ ਪਰ ਉਹਨੂੰ ਇੱਥੇ ਕੁਝ ਚੰਗਾ ਲੱਗਦਾ ਹੀ ਨਹੀਂ ਸੀ ਕਰਦੇ ਕਰਾਉਂਦਿਆਂ ਘੰਟਾ ਤਾਂ ਐਦਾਂ ਹੀ ਲੰਘ ਗਿਆ ਤੇ ਜਦੋਂ ਦਾ ਗੁੱਸਾ ਠੰਡਾ ਹੋਇਆ ਤਾਂ ਕਹਿੰਦੀ ਹੈ ਲਾਡੀ ਚੱਲ ਉਹੀ ਦੇਖ ਰਹੀ ਸੀ ਤੁਸੀਂ ਤਾਂ ਨੀ ਨਾ ਉਹਦੇ ਵੱਲ ਦੇਖਿਆ ਫੇਰ ਝਟ ਉਹ ਗੁਲਾਬ ਵਾਂਗ ਖਿੜ ਗਈ ਤੇ ਹਾਸਾ ਝਰਨੇ ਵਾਂਗ ਵਹਿਣ ਲੱਗਿਆ ਮੈਂ ਤਪਦੇ ਮਾਰੂਥਲ ਚੋਂ ਜਿਵੇਂ ਹਸੀਨ ਵਾਦੀਆਂ 'ਚ ਆ ਗਿਆ ਹੋਵਾਂ ਕੌਫੀ ਪੀਂਦੀ ਵਾਰ-ਵਾਰ ਕਹੀ ਜਾਵੇ ਤੁਸੀਂ ਗੁੱਸਾ ਤਾਂ ਨਹੀਂ ਕੀਤਾ ਪਰ ਮੇਰੇ ਲਾਡੀ ਵੱਲ ਕੋਈ ਅੱਖ ਪਰ ਕੇ ਤੱਕੇ ਮੈਂ ਨਹੀਂ ਜਾਣ ਸਕਦੀ ਇਸਪਰ ਚੇਨਈ ਮਿਲਦੇ ਹਾਂ ਅਗਲੇ ਪਾਰਟ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਟਿਲ ਦੈਨ ਟੇਕ ਕੇਅਰ